ਅਸੀਂ ਵੋਟ ਦੇ ਕੇ ਆਪਦੀ ਮੌਤ ਇਹਨਾਂ ਤੋਂ ਮੁੱਲ ਲੈਂਦੇ ਹਾਂ ਡਾਂਗਾ ਮਾਰੀਆਂ ਸਿਰ ਪਾੜੇ ਲੱਤਾਂ ਤੋੜੀਆਂ ਅੱਖਾਂ ਫੁੱਟੀਆਂ ਸਾਡਾ ਪੈਸਾ ਸਾਨੂੰ ਖਵਾ ਕੇ ਮੁੜ ਕੇ ਸਾਡੇ ਗੋਲੀ ਮਰਵਾਉਣ ਦਾ ਆਰਡਰ ਇਹ ਦਿੰਦੇ ਨੇ ਸਿਰ ਪੜਵਾਉਣ ਦਾ ਆਰਡਰ ਇਹ ਦਿੰਦੇ ਨੇ ਘਰੋਂ ਬੇਘਰ ਕਰਨ ਦਾ ਆਰਡਰ ਇਹ ਦਿੰਦੇ ਨੇ ਜਿਹੜੇ ਹੁਣ ਵੋਟਾਂ ਲੈ ਕੇ ਪੰਜ ਪੰਜ ਸੱਤ ਸੱਤ ਵਾਰੀ ਮੰਤਰੀ ਬਣ ਚੁੱਕੇ ਉਹ ਤੁਹਾਡੇ ਨਹੀਂ ਬਣਦੇ ਨੀਲੀਆਂ ਪੱਗਾਂ ਬੰਨ ਲਿਆ ਪੀਲੀਆਂ ਬੰਨ ਲਿਆ ਚਿੱਟੀਆਂ ਬੰਨ ਲਿਆ ਛੱਡ ਦਿਓ ਜੇ ਅਸੀਂ ਬੱਚਾ ਭਰਤੀ ਕਰਾਉਣਾ ਰਿਸ਼ਵਤ ਇਹ ਮੰਗਦੇ ਹਾਂ ਹਰ ਇੱਕ ਮਹਿਕਮਾ ਰਿਸ਼ਵਤ ਖੋਰ ਹੋ ਗਿਆ ਗੰਦ ਖਾਣ ਲੱਗ ਗਿਆ ਹਰ ਇੱਕ ਮਹਿਕਮਾ ਅਸੀਂ ਬੇਨਤੀ ਕਰਦੇ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਸਾਰੇ ਭਰਾਵਾਂ ਨੂੰ ਕਿਸਾਨਾਂ ਦਾ ਸਾਥ ਦਿਓ ਕਿਸਾਨਾਂ ਦੇ ਨਾਲ ਲੱਗੋ ਇੱਕ ਹੋਵੋ ਪਹਿਲਾਂ ਬੇਨਤੀ ਕਰੀਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਥੇਬੰਦੀ ਤੋਂ ਉੱਪਰ ਉੱਠ ਕੇ ਜਾਤੀਵਾਦ ਤੋਂ ਉੱਪਰ ਉੱਠ ਕੇ ਪਿੰਡ ਦਾ ਏਕਾ ਕਰੋ ਜੇ ਸਾਡੇ ਪਿੰਡ ਦਾ ਏਕਾ ਅਸੀਂ ਰੱਖਾਂਗੇ ਤਾਂ ਅਸੀਂ ਗੌਰਮੈਂਟ ਦੀ ਕੋਈ ਵੀ ਕੋਝੀ ਚਾਲ ਹੈ ਜਿਹੜੀ ਉਹਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਅਗਰ ਅਸੀਂ ਆਪਸ ਦੇ ਵਿੱਚ ਫਟ ਗਏ ਤਾਂ ਗੌਰਮੈਂਟ ਸਾਨੂੰ ਇਕੱਲੇ ਇਕੱਲੇ ਕਰਕੇ ਇਕੱਲੇ ਇਕੱਲੇ ਕਰਕੇ ਸਾਨੂੰ ਖਤਮ ਕਰ ਦੂ ਕਾਰਪੋਰੇਟ ਘਰਾਣੇ ਦਾ ਮਕਸਦ ਇਹੀ ਹੈ ਆਬਾਦੀ ਘਟਾਓ ਆਬਾਦੀ ਘਟਾਓ ਜੋ ਇਹਨਾਂ ਦੇ ਕੋਲੇ ਹੈ ਉਹ ਖੋਹੋ ਉਹ ਖੋਹ ਕੇ ਇਹਨਾਂ ਨੂੰ ਮੰਗਤੇ ਬਣਾਓ ਇਹਨਾਂ ਨੂੰ ਮਜਬੂਰ ਕਰੋ ਵੀ ਇਹ ਸਾਡੇ ਜੋਗੇ ਹੋ ਜਾਣ ਮੇਨ ਮਕਸਦ ਇਹੀ ਹੈ ਇਹਨਾਂ ਦਾ ਜੇ ਅਸੀਂ ਫੜ ਗਏ ਅਸੀਂ ਲੀਡਰਾਂ ਮਗਰ ਲੱਗੇ ਤੁਰੇ ਫਿਰੀਆਂ ਨੇ ਕੋਈ ਨੀਲੀ ਪੱਗ ਬੰਨੀ ਹੁਣ ਅਸੀਂ ਤਿਆਰ ਹਾਂ ਬੰਨਣ ਵਾਸਤੇ ਕਿਸੇ ਨੇ ਚਿੱਟੀ ਬੰਨਣੀ ਹੈ ਕਿਸੇ ਨੇ ਨੀਲੀ ਬੰਨਣੀ ਹੈ ਕਿਸੇ ਨੇ ਪੀਲੀ ਬੰਨਣੀ ਹੈ ਉਹ ਭਰਾਵੋ ਬਚੋ ਇਹਨਾਂ ਗੱਲਾਂ ਤੋਂ ਅਸੀਂ ਇਹਨਾਂ ਨੂੰ ਵੋਟ ਦੇ ਕੇ ਵੋਟ ਅਸੀਂ ਦੇਣੀ ਹੈ ਵੋਟ ਉਸ ਬੰਦੇ ਨੂੰ ਦਿਓ ਜਿਹੜਾ ਹੈ ਵੀ ਸਾਡਾ ਕੋਈ ਭਲਾ ਕਰ ਸਕੇ ਅਸੀਂ ਵੋਟ ਦੇ ਕੇ ਆਪਦੀ ਮੌਤ ਇਹਨਾਂ ਤੋਂ ਮੁੱਲ ਲੈਂਦੇ ਹਾਂ ਡਾਂਗਾ ਖਾਣ ਦਾ ਅਸੀਂ ਇਹਨਾਂ ਨੂੰ ਅਧਿਕਾਰ ਦੇ ਦਿੰਦੇ ਹਾਂ ਗੋਲੀ ਮਾਰਨ ਦਾ ਅਸੀਂ ਇਹਨਾਂ ਨੂੰ ਅਧਿਕਾਰ ਦੇ ਦਿੰਦੇ ਹਾਂ ਹਰਿਆਣਾ ਸੀਐਮ ਨੇ ਹੁਕਮ ਦਿੱਤਾ ਐਸਡੀਐਮ ਰਾਹੀਂ ਸਾਡਾ ਕਿਸਾਨ ਮਾਰਿਆ ਗਿਆ ਡਾਂਗਾ ਮਾਰੀਆਂ ਸਿਰ ਪਾੜੇ ਲੱਤਾਂ ਤੋੜੀਆਂ ਅੱਖਾਂ ਫੁੱਟੀਆਂ ਅਸੀਂ ਵੋਟ ਦੇ ਕੇ ਆਹ ਅਸੀਂ ਇਹਨਾਂ ਨੂੰ ਅਧਿਕਾਰ ਦਿੰਦੇ ਹਾਂ ਜਿਹਨੇ ਵੋਟ ਦੇਣੀ ਹੈ ਨਾ ਵੋਟ ਉਸ ਬੰਦੇ ਨੂੰ ਦਿਓ ਵੀ ਜਿਹੜਾ ਸਾਡੇ ਤੇ ਇਹ ਮੁੜ ਕੇ ਡਿਕਟੇਟਰ ਬਣ ਕੇ ਸਾਡੇ ਸਾਡੀ ਮੌਤ ਦੇ ਬਰੰਟ ਨਾ ਇਸ਼ੂ ਜੇ ਵੋਟ ਦੇਣੀ ਹੈ ਵੋਟ ਦੇ ਕੇ ਅਸੀਂ ਉਹਨਾਂ ਦੇ ਇੱਕ ਬੋਤਲ ਪਿੱਛੇ ਪੰਜ ਸੱਤ ਹਜ਼ਾਰ ਦਸ ਰੁਪਏ ਪਿੱਛੇ ਕੂਲਰ ਪਿੱਛੇ ਫਰਿੱਜ ਪਿੱਛੇ ਮੋਟਰਸਾਈਕਲਾਂ ਪਿੱਛੇ ਅਸੀਂ ਵੋਟ ਦਈਆਂ ਨੇ ਅੱਖਾਂ ਮੀਚ ਕੇ ਉਹਦਾ ਖਮਿਆਜਾ ਜਿਹੜਾ ਆਹ ਅਸੀਂ ਇੱਕ ਇੱਕ ਕਰਕੇ ਪੁਆਇੰਟ ਕਰਕੇ ਭੁਗਤ ਰਹੇ ਹਾਂ ਤੁਹਾਡੇ ਸਾਹਮਣੇ ਆਉਣਾ ਹੋਸ਼ 'ਚ ਆ ਜਾਓ ਹੋਸ਼ 'ਚ ਆਓ ਇਹ ਸਾਨੂੰ ਮਾੜਾ ਮੋਟਾ ਦਸ ਵੀਹ ਹਜ਼ਾਰ ਦਾ ਲਾਲਚ ਦੇ ਕੇ ਕਾਣੇ ਕਰਕੇ ਮੁੜ ਕੇ ਸਾਨੂੰ ਪੰਜ ਸਾਲ ਇਹ ਆਉਂਦਾ ਕਿੱਥੋਂ ਹੈ ਇਹ ਕੋਈ ਆਪਦੀ ਜ਼ਮੀਨ ਨਹੀਂ ਬੈਕ ਕਰਦੇ ਜਿਹੜਾ ਤੁਹਾਨੂੰ ਖਵਾਉਂਦੇ ਨੇ ਜ਼ਮੀਨ ਬੈਕ ਕਰਕੇ ਨਹੀਂ ਖਵਾਉਂਦੇ ਕੋਈ ਫੈਕਟਰੀ ਵੇਚ ਕੇ ਨਹੀਂ ਖਵਾਉਂਦੇ ਸਾਡਾ ਪੈਸਾ ਸਾਨੂੰ ਖਵਾ ਕੇ ਮੁੜ ਕੇ ਸਾਡੇ ਗੋਲੀ ਮਰਵਾਉਣ ਦਾ ਆਰਡਰ ਇਹ ਦਿੰਦੇ ਨੇ ਸਿਰ ਪੜਵਾਉਣ ਦਾ ਆਰਡਰ ਇਹ ਦਿੰਦੇ ਨੇ ਘਰੋਂ ਬੇਘਰ ਕਰਨ ਦਾ ਆਰਡਰ ਇਹ ਦਿੰਦੇ ਨੇ ਜੇ ਅਸੀਂ ਬੱਚਾ ਭਰਤੀ ਕਰਾਉਣਾ ਰਿਸ਼ਵਤ ਇਹ ਮੰਗਦੇ ਨੇ ਹਰ ਇੱਕ ਮਹਿਕਮਾ ਰਿਸ਼ਵਤ ਖੋਰ ਹੋ ਗਿਆ ਗੰਦ ਖਾਣ ਲੱਗ ਗਿਆ ਹਰ ਇੱਕ ਮਹਿਕਮਾ ਖਵਾਉਣ ਵਾਲੇ ਕੌਣ ਆ ਕੁੱਤੇ ਕੰਮ ਕਰਾਉਣ ਵਾਲੇ ਕੌਣ ਆ ਅਸੀਂ ਲੋਕ ਹਾਂ ਇਹਨਾਂ ਲੋਕਾਂ ਤੋਂ ਬਚੋ ਹੋਸ਼ 'ਚ ਆਓ ਮੈਂ ਇੰਨੀ ਬੇਨਤੀ ਕਰੂੰਗਾ ਸਾਰਿਆਂ ਨੂੰ ਹੱਥ ਬੰਨ ਕੇ ਵਾਰ ਵਾਰ ਇਹੀ ਬੇਨਤੀ ਕਰੂੰਗਾ ਕਿ ਵੋਟ ਉਸ ਬੰਦੇ ਨੂੰ ਦਿਓ ਜਿਹੜੇ ਹੁਣ ਵੋਟਾਂ ਲੈ ਕੇ ਪੰਜ ਪੰਜ ਸੱਤ ਸੱਤ ਵਾਰੀ ਮੰਤਰੀ ਬਣ ਚੁੱਕੇ ਉਹ ਤੁਹਾਡੇ ਨਹੀਂ ਬਣਦੇ ਉਹ ਦੱਲੇ ਬਣ ਗਏ ਦੱਲੇ ਗੰਦ ਖਾਣ ਵਾਲੇ ਲੋਕ ਬਣ ਗਏ ਜੇ ਕਿਸੇ ਨੂੰ ਬਣਾਉਣਾ ਉਹਨੂੰ ਪਹਿਲਾਂ ਦੇਖੋ ਪਰਖੋ ਉਈ ਨਾ ਇਹਨਾਂ ਮਗਰ ਇਹਨਾਂ ਦੇ ਗੱਡੀਆਂ ਦੇ ਚੜੀ ਜਾਓ ਨੀਲੀਆਂ ਪੱਗਾਂ ਬੰਨ ਲਿਆ ਪੀਲੀਆਂ ਬੰਨ ਲਿਆ ਚਿੱਟੀਆਂ ਬੰਨ ਲਿਆ ਛੱਡ ਦਿਓ ਇਹ ਛੱਡ ਕੇ ਪਹਿਲਾਂ ਆਪਣੇ ਪਿੰਡ ਦਾ ਏਕਾ ਕਰੋ ਤੁਸੀਂ ਪਿੰਡ ਪੱਧਰ ਦੇ ਇਕੱਠੇ ਹੋਵੋ ਵਿਹੜੇ ਪੱਧਰ ਦੇ ਪੱਤੀ ਪੱਧਰ ਦੇ ਪਿੰਡ ਪੱਧਰ ਦੇ ਬਲਾਕ ਪੱਧਰ ਦੇ ਜ਼ਿਲ੍ਹਾ ਪੱਧਰ ਦੇ ਇਕੱਠੇ ਹੋਵੋ ਆਹ ਜਿਹੜਾ ਸਿਸਟਮ ਚੱਲ ਰਿਹਾ ਜੇ ਲੋਕ ਤੁਸੀਂ ਇਸ ਤਰ੍ਹਾਂ ਚੱਲਣਾ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਜੇ ਤੁਸੀਂ ਫਟ ਗਏ ਤੁਹਾਨੂੰ ਇਹ ਇਕੱਲੇ ਨੂੰ ਕਰਕੇ ਇਹ ਖਤਮ ਕਰ ਦੇਣ ਖਤਮ ਹੋਣ ਤੋਂ ਬਚੋ ਆਪਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਓ ਤੁਹਾਡੀਆਂ ਪੀੜ੍ਹੀਆਂ ਪਰਮਾਨੈਂਟ ਗੁਲਾਮ ਕਰਨ ਜਾ ਰਹੇ ਨੇ ਜਿਵੇਂ ਤੁਸੀਂ ਦੇਖਿਆ ਵੀ ਕੁਲਦੀਪ ਸਿੰਘ ਜੀ ਨੇ ਕਿਹਾ ਹੈ ਵੀ ਪਿੰਡ ਪੱਧਰ ਤੇ ਤੁਸੀਂ ਜਾਤਾਂ ਨੂੰ ਛੱਡ ਕੇ ਧਰਮਾਂ ਨੂੰ ਛੱਡ ਕੇ ਸਾਰੇ ਇੱਕ ਹੋਵੋ ਤੇ ਕਿਸਾਨੀ ਜੋ ਸੰਘਰਸ਼ ਚੱਲ ਰਿਹਾ ਉਸ ਦਾ ਸਾਥ ਦੇਵੋ ਜੇ ਕਿਤੇ ਨਾ ਕਿਤੇ ਇਹ ਮਾਰੂ ਨੀਤੀਆਂ ਤੋਂ ਬਚਣਾ ਹੈ ਜੇ ਆਪਾਂ ਪਿੰਡਾਂ ਦੇ ਵਿੱਚ ਪਾੜੇ ਰਹੇ ਧਰਮਾਂ ਦੇ ਨਾਂ ਉੱਤੇ ਜਾਤਾਂ ਦੇ ਨਾਂ ਉੱਤੇ ਤਾਂ ਆਪਣਾ ਕੱਖ ਨਹੀਂ ਬਣਨਾ ਜੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਏਕਾ ਬਣਾ ਕੇ ਰੱਖਾਂਗੇ ਤਾਂ ਆਪਾਂ ਕੋਈ ਨਾ ਕੋਈ ਇਸ ਮੁੱਦੇ ਦਾ ਹੱਲ ਕਢਾ ਸਕਦੇ